ਸੁਰਜੀਤ ਬਿੰਦਰ ਕੇ ਸਾਵਰੇ ਵੀ ਸ਼ਮਸ਼ੇਰ ਸੰਧੂ ਹੋਰਾਂ ਨੇ ਬੜੀ ਸੋਹਣੀ ਇੱਕ ਵਾਰੀ ਗੱਲ ਕਹੀ ਸੀ। ਕਹਿੰਦੇ ਕਿ ਕਿਸੇ ਨੇ ਸਵਾਲ ਕੀਤਾ ਸੀ ਵੀ ਉਹ ਕਿੱਥੋਂ ਸਿੱਖੇ ਹੋਏ ਸੀ, ਕਹਿੰਦੇ ਵੀ ਜਦੋਂ ਪ੍ਰੋਫੈਸ਼ਨਲੀ ਉਹ ਆਏ ਤਾਂ ਫਿਰ ਆਪਣੇ ਅਤੁਲ ਸ਼ਰਮਾ ਜੀ ਤੋਂ ਸਿੱਖਦੇ ਰਹੇ ਨੇਗੇ, ਪਰ ਕਹਿੰਦੇ ਸੁਰਜੀਤ ਬਿੰਦਰਖਿਆ ਵਰਗੇ ਜਿਹੜੇ ਗਾਇਕ ਨੇ ਉਹ ਬਣਦੇ ਨਹੀਂ ਹੁੰਦੇ, ਉਹ ਜੰਮਦੇ ਹੁੰਦੇ ਨੇ। ਸੋ ਉਹੀ ਗੁੜਤੀ ਹੈ ਜਿਹੜੀ ਅੱਗੇ ਉਹਨਾਂ ਦੇ ਬੱਚਿਆਂ ਦੇ ਵਿੱਚ ਕਹੀ ਹੈ ਨਾ, ਕਿਉਂਕਿ ਉਹਨਾਂ ਨੂੰ ਸੀਗਾ ਵੀ ਜਦੋਂ ਖੇਤਾਂ ਵਗੈਰਾ 'ਚ ਕੰਮ ਕਰਨਾ ਉਹਨਾਂ ਨੇ ਆਪ ਹੀ ਦੱਸ ਦਿੰਦੇ ਸੀ ਵੀ ਉੱਥੇ ਮੈਂ ਜਾਂ ਆਪਣੀ ਹੇਕ ਲਾ ਕੇ ਦੇਖਣੀ ਜਾਂ ਕਿਸ ਤਰ੍ਹਾਂ ਆਵਾਜ਼ ਇੱਕੋ ਕਰਦੇ ਸੀ। ਹਾਂਜੀ ਹਾਂ, ਉਹਦੇ ਵਿੱਚ ਉਹਨਾਂ ਨੂੰ ਲੱਗਦਾ ਸੀਗਾ ਵੀ ਮੈਂ ਨਹੀਂ ਵਧੀਆ ਇੱਦਾਂ ਕਰਦਾ, ਅਤੇ ਉਹ ਕਹਿੰਦੇ ਸੀ ਮੇਰਾ ਉਹੀ ਰਿਆਜ਼ ਹੈ। ਅੱਛਾ ਜੀ, ਵੈਸੇ ਕਦੇ ਮੈਂ ਦੇਖਿਆ ਨਹੀਂ ਉਹਨਾਂ ਨੂੰ ਰਿਆਜ਼ ਕਰਦੇ। ਅੱਛਾ ਜੀ, ਇਹ 28 ਸਕਿੰਟ ਦਾ ਜਿਹੜਾ ਰਿਕਾਰਡ ਆ ਉਹ ਤਾਂ ਚਲੋ ਓਫਿਸ਼ਲੀ ਦਰਜ ਹੈਗਾ ਗਿਨੀਜ਼ ਬੁੱਕ ਦੇ ਵਿੱਚ, ਪਰ ਫਿਰ ਉਹਨਾਂ ਦੀ ਸਮਰੱਥਾ ਇੱਥੋਂ ਹੋ ਗਈ ਸੀਗੀ ਕਿ ਸਟੇਜਾਂ 'ਤੇ ਉਹ ਲਾਈਵ 32-32 ਸਕਿੰਟ ਦੀਆਂ ਹੇਕਾਂ ਵੀ ਲਾਉਂਦੇ ਰਹੇ ਨੇਗੇ, ਅਤੇ ਉਹ ਉਹਦੇ ਲਈ ਰਿਆਜ਼ ਕੋਈ ਨਹੀਂ ਸੀ, ਉਹਨਾਂ ਦੀ ਸਟੇਜ ਹੀ ਉਹਨਾਂ ਦਾ, ਕਿਉਂਕਿ ਉਦੋਂ ਸ਼ੋਅਜ਼ ਬਹੁਤ ਲੱਗਦੇ ਸੀਗੇ। ਅੱਛਾ, ਉਹਦੇ ਕਰਕੇ ਉਹਨਾਂ ਨੂੰ ਲੱਗਦਾ ਸੀਗਾ ਵੀ ਇੰਨਾ, ਕਿਉਂਕਿ ਟਾਈਮ ਵੀ ਨਹੀਂ ਸੀ ਲੱਗਦਾ ਹੁੰਦਾ, ਦਿਨ 'ਚ 2-2-3-3 ਸ਼ੋਅ ਵੀ ਲਗਾਉਣੇ, ਕਈ ਵਾਰੀ ਵਿੱਚੋਂ ਹੋ ਸਕ ਵਿੱਚ ਫ੍ਰੀ ਵੀ ਹੁੰਦੇ ਸੀ, ਇੱਦਾਂ ਨਹੀਂ ਵੀ ਡੇਲੀ ਹੁੰਦੇ ਸੀ, ਪਰ ਫਿਰ ਵੀ ਜ਼ਿਆਦਾ ਬਿਜ਼ੀ ਸ਼ੋਅਜ਼ ਹੁੰਦੇ ਸੀ, ਇਸ ਕਰਕੇ ਉਹਨਾਂ ਨੂੰ ਲੱਗਦਾ ਸੀ ਮੈਨੂੰ ਰਿਆਜ਼ ਦੇ ਟਾਈਮ ਹੀ ਨਹੀਂ ਸੀ ਲੱਗਦਾ ਜਾਂ ਲੋੜ ਵੀ ਨਹੀਂ ਸੀਗੀ। ਅਤੇ ਪਰਿਵਾਰ ਨੂੰ ਸਮਾਂ ਦੇ ਪਾਉਂਦੇ ਸੀਗੇ ਬੱਚਿਆਂ ਦੇ ਲਈ ਜਾਂ ਤੁਹਾਡੇ ਲਈ? ਹਾਂ, ਮੋਸਟਲੀ ਉਹਨਾਂ ਨੂੰ ਇੱਦਾਂ, ਕਿਉਂਕਿ ਬਹੁਤ ਜ਼ਿਆਦਾ ਅਟੈਚਮੈਂਟ ਸੀ ਅਤੇ ਇਸ ਕਰਕੇ ਉਹਨਾਂ ਨੂੰ ਜਾਂਦੇ ਸ਼ੋਅਜ਼ 'ਚ ਜਿੱਦਾਂ ਵੀ ਹੁਣ ਵਾਪਸ ਆਉਂਦੇ ਹੋਏ ਤਕਰੀਬਨ ਜਾਂ ਵਾਪਸ ਰਾਤ ਨੂੰ ਵੀ ਘਰ ਉਹਨਾਂ ਨੇ ਜ਼ਰੂਰ ਪੱਕਾ ਆਉਣਾ ਹੈ। ਅੱਛਾ ਜੀ, ਠੀਕ ਹੈ। ਅਤੇ ਕਹਿੰਦੇ ਨੇ ਕਿ ਬਹੁਤ ਸ਼ਾਂਤ ਸੁਭਾਅ ਦੀ ਸੀਗੀ। ਹਾਂਜੀ, ਗੱਲ ਸੱਚੀ? ਹਾਂ ਹਾਂ, ਸ਼ਾਂਤ ਰਹਿੰਦੇ ਸੀਗੇ ਜ਼ਿਆਦਾ। ਹਾਂ, ਬਹੁਤ ਜ਼ਿਆਦਾ, ਅਤੇ ਸ਼ੋਅਜ਼ ਉਨਾ ਹੀ ਜ਼ਿਆਦਾ ਸਟੇਜ 'ਤੇ, ਉਹ ਤਾਂ ਅਸੀਂ ਦੇਖੇ ਹੀ ਆ ਸਾਰਿਆਂ ਨੇ, ਹੈ ਨਾ। ਅਤੇ ਇੱਥੇ ਮੋਹਾਲੀ ਤੁਸੀਂ ਕਦੋਂ ਸ਼ਿਫਟ ਹੋਏ ਹੋ ਬਿੰਦਰਖ ਤੋਂ ਬਾਅਦ? ਅਸੀਂ ਪਹਿਲਾਂ ਰੋਪੜ ਸ਼ਿਫਟ ਹੋਏ ਸੀ। ਅੱਛਾ ਜੀ, ਫਿਰ ਉਸ ਤੋਂ ਬਾਅਦ ਗੀਤਾਜ ਨੂੰ ਸੀਗਾ ਮੈਨੂੰ ਵੀ ਮੈਂ ਬਹੁਤ ਵਧੀਆ ਇਹਨਾਂ ਸਕੂਲਿੰਗ 'ਚ ਕਰਾਉਣੀ ਹੈ, ਅਤੇ ਇਸ ਕਰਕੇ ਫਿਰ ਮੈਂ YPS ਇੱਥੇ ਐਡਮਿਸ਼ਨ ਕਰਵਾਈ, ਅਤੇ ਉਹਦੇ ਕਰਕੇ ਅਸੀਂ ਇੱਥੇ ਸ਼ਿਫਟ ਹੋਏ ਸੀਗੇ। ਅੱਛਾ, ਅਸੀਂ ਹੋਏ ਹਾਂ 2001 'ਚ। ਪਹਿਮ ਸੁਰਜੀਤ ਬਿੰਦਰਖਿਆ ਜੀ ਨੂੰ ਲੋਕ ਆਪਣੇ ਸਮੇਂ ਦਾ ਮਹਾਨ ਗਾਇਕ ਕਹਿੰਦੇ ਨੇ, ਅੱਜ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਵੀ ਲੋਕ ਉਹਨਾਂ ਦੇ ਗੀਤ ਉਸੇ ਤਰ੍ਹਾਂ ਹੀ ਸੁਣਦੇ ਨੇ, ਉਨਾ ਹੀ ਉਹਨਾਂ ਨੂੰ ਯਾਦ ਕਰਦੇ ਨੇ, ਪਿਆਰ ਕਰਦੇ ਨੇ। ਲੋਕਾਂ ਦੇ ਲਈ ਉਹ ਇੱਕ ਇੱਕ ਸੈਲੀਬ੍ਰਿਟੀ ਸੀਗੀ, ਹੈ ਨਾ, ਪਰ ਬਤੌਰ ਹਮਸਫ਼ਰ ਜਿਵੇਂ ਕਹਾਂ ਕਿ ਕਿਹੋ ਜਿਹੀ ਸਾਂਝ ਉਹਨਾਂ ਦੀ ਤੁਹਾਡੇ ਨਾਲ ਮਤਲਬ ਸੀਗੀ, ਕਿਹੋ ਜਿਹੇ ਹਮਸਫ਼ਰ ਉਹ ਸੀਗੇ, ਕਿਹੋ ਜਿਹਾ ਸਮਾਂ ਤੁਸੀਂ ਉਹਨਾਂ ਦੇ ਨਾਲ ਬਤੌਰ ਹਮਸਫ਼ਰ? ਮੈਂ ਸਾਡਾ ਬਹੁਤ ਵਧੀਆ ਟਾਈਮ ਲੰਘਿਆ ਸੀਗਾ, ਟਾਈਮ ਘੱਟ 12 ਸਾਲ ਬਹੁਤ, ਕਈ ਵਾਰੀ ਲੱਗਦਾ ਵੀ ਬਹੁਤ ਜਲਦੀ ਨਿਕਲ ਜਾਂਦੇ ਆ ਬੱਚਿਆਂ 'ਚ ਬਿਜ਼ੀ ਇੱਦਾਂ, ਪਰ ਵੈਸੇ ਬਹੁਤ ਵਧੀਆ ਸੀ। ਕਈ ਵਾਰੀ ਮੈਂ ਉਹਨਾਂ ਨੂੰ ਕਹਿਣਾ ਵੀ ਬਿੰਦਰਖਿਆ ਤੁਸੀਂ ਲੋਕਾਂ ਲਈ ਬਣ ਗਏ ਹੋਏ, ਸਾਡੇ ਲਈ ਸੁਰਜੀਤ ਹੀ ਹੈ। ਅੱਛਾ ਜੀ, ਅਤੇ ਵਧੀਆ, ਬਹੁਤ ਵਧੀਆ ਲੰਘਿਆ ਟਾਈਮ ਉਹ। ਤੁਹਾਡੀ ਲਵ ਮੈਰਿਜ ਸੀਗੀ? ਹਾਂਜੀ, ਲਵ ਮੈਰਿਜ ਸੀ। ਅਤੇ ਸੌਖਾ ਉਹਨਾਂ ਸਮਿਆਂ ਦੇ ਵਿੱਚ ਲਵ ਮੈਰਿਜ ਸੌਖਾ ਹੋ ਗਿਆ ਸੀਗਾ ਸਾਰਾ? ਨਹੀਂ, ਮੇਰੇ ਪੇਰੈਂਟਸ ਨੇ ਨਹੀਂ ਮੰਨਦੇ ਸੀ, ਬਟ ਫਿਰ ਥੋੜ੍ਹਾ ਜਿਹਾ ਜਿੱਦਾਂ ਸੀਗਾ ਸੁਰਜੀਤ ਨੂੰ ਵੀ ਮੈਂ ਇੱਥੇ ਇੱਕ ਮੈਰਿਜ ਕਰਾਉਣੀ ਹੈ। ਠੀਕ ਹੈ, ਹਾਂਜੀ। ਫਿਰ ਕਹਿੰਦੇ ਕਿ ਜਿਹੜਾ ਉਹਨਾਂ ਨੇ ਗੀਤ ਗਾਇਆ ਸੀਗਾ ਜੱਟ ਦੀ ਪਸੰਦ ਜੱਟ ਨੇ ਵਿਆਹਣੀ ਆ, ਰਿਊਮਰ ਸੀਗੇ ਪਤਾ ਨਹੀਂ ਜਾਂ ਕੀ ਸੀਗਾ, ਲੋਕੀ ਬਣਾ ਵੀ ਲੈਂਦੇ ਨੇ ਕਿ ਕੁਝ, ਕਿਉਂਕਿ ਕਈ ਵਾਰੀ ਵੈਸੇ ਰਿਲੇਟਡ ਹੋ ਜਾਂਦੇ ਆ ਸੌਂਗ। ਹਾਂ, ਤੁਹਾਨੂੰ ਉਹਨਾਂ ਦਾ ਹੁਣ ਤੱਕ ਦਾ ਗੀਤ ਸਭ ਤੋਂ ਵਧੀਆ ਕਿਹੜਾ ਲੱਗਦਾ ਆ? ਸਾਰੇ ਵਧੀਆ ਲੱਗਦੇ ਆ। ਅੱਛਾ ਜੀ, ਕਦੇ ਕਿਸੇ ਗੀਤ ਨੂੰ ਲੈ ਕੇ ਤੁਸੀਂ ਉਹਨਾਂ ਨੂੰ ਫੀਡਬੈਕ ਦਿੱਤਾ ਕਿ ਮਤਲਬ ਵੈਸੇ ਤਾਂ ਚਲੋ ਤੁਹਾਡੇ ਸਾਰੇ ਗੀਤ ਬਹੁਤ ਚੰਗੇ ਨੇ ਪਰ ਆਹ ਮੈਨੂੰ ਬਹੁਤ ਪਸੰਦ ਹੈ ਜਾਂ ਆਹ ਗੀਤ ਤੁਸੀਂ ਬਹੁਤ ਵਧੀਆ ਗਾਇਆ, ਕੁਛ ਇੱਦਾਂ ਦਾ ਕੋਈ? ਵੈਸੇ ਮੋਸਟਲੀ ਮੈਨੂੰ ਇਹ ਸੀਗਾ ਵੀ ਬਹੁਤ ਸੀਗਾ ਵੀ ਮੈਨੂੰ ਇਸ ਸੌਂਗ ਦੀ ਵੀਡੀਓ ਬਣਾਏ ਜਾਂ ਕੁਛ, ਉਹ ਮੈਨੂੰ ਬਹੁਤ ਜ਼ਿਆਦਾ ਮੈਂ ਸੁਣਿਆ ਸੌਂਗ, ਕਦੇ ਦੁੱਧ ਮੰਗਦੀ ਕਦੇ ਪੁੱਤ ਮੰਗਦੀ। ਅੱਛਾ ਜੀ, ਠੀਕ ਹੈ। ਅਤੇ ਉਹ ਸੌਂਗ ਸ਼ਾਇਦ ਤੁਸੀਂ? ਜੀ ਜੀ ਜੀ, ਮੈਂ ਨਹੀਂ ਸੁਣਿਆ ਹੈਗਾ ਉਹ ਗੀਤ। ਉਹ ਸੌਂਗ ਮੈਨੂੰ, ਮੈਂ ਵੈਸੇ ਬਹੁਤ ਜ਼ਿਆਦਾ ਸੁਣਿਆ ਅਤੇ ਮੈਨੂੰ ਬਹੁਤ ਪਸੰਦ ਵੀ ਸੀਗਾ ਸੌਂਗ।
ਇਹਦੀ ਆਡੀਓ ਆਈ ਹੈ ਇਕੱਲੀ ਆਡੀਓ ਆਈ ਹੈ। ਬਹੁਤ ਘੱਟ ਲੋਕ ਇਹ ਵੀ ਜਾਣਦੇ ਨੇਗੇ ਕਿ ਸੁਰਜੀਤ ਹੋਣੀ ਇੱਕ ਵਧੀਆ ਗਾਇਕ ਤੇ ਸੀਗੇ ਪਰ ਨਾਲ ਨਾਲ ਇੱਕ ਵਧੀਆ ਗੀਤਕਾਰ ਵੀ ਸੀਗੇ। ਪਰ ਗੀਤਕਾਰ ਜਿੱਥੇ ਕਿਤੇ ਗੀਤ ਦੇ ਵਿੱਚ ਆਪਣਾ ਨਾਂ ਪਾਉਂਦੇ ਨੇ ਉੱਥੇ ਉਹ ਤੁਹਾਡਾ ਨਾਂ ਪਾਉਂਦੇ ਰਹੇ ਨੇ ਪ੍ਰੀਤ ਕਰਕੇ। ਇਹ ਸਹਿਮਤੀ ਦੇ ਨਾਲ ਹੋਇਆ ਸੀਗਾ ਜਾਂ ਤੁਹਾਡੇ ਲਈ ਵੀ ਇੱਕ ਸਰਪ੍ਰਾਈਜ਼ ਹੀ ਸੀਗਾ? ਤੁਹਾਨੂੰ ਪਤਾ ਸੀ ਹੁੰਦਾ ਸੀ? ਮੇਰੇ ਲਈ ਸਰਪ੍ਰਾਈਜ਼ ਹੀ ਸੀਗਾ ਜੋ ਫਸਟ ਟਾਈਮ ਮੈਂ ਸੁਣਿਆ ਸੀ, ਸਰਪ੍ਰਾਈਜ਼ ਹੀ ਸੀਗਾ ਵੀ ਉਹਨਾਂ ਨੇ ਸੁਣਾਇਆ ਸੀ ਸੌਂਗ ਵੀ ਮੈਂ ਇੱਦਾਂ ਨਾਮ ਪਾਇਆ, ਪਰ ਉਦੋਂ ਬਹੁਤ ਵਧੀਆ ਲੱਗਿਆ ਸੀਗਾ। ਅੱਛਾ ਠੀਕ ਹੈ ਜੀ। ਤੇ ਬਾਕੀ ਸੌਂਗਸ ਵੀ ਫਿਰ ਉਹਨਾਂ ਨੇ ਅੱਗੇ ਸ਼ੁਰੂ ਹੀ ਕਰਤਾ ਸੀਗਾ ਵੀ ਮੈਂ, ਕਿਉਂਕਿ ਹਮੇਸ਼ਾ ਉਹਨਾਂ ਦਾ ਹੀ ਸੀਗਾ ਵੀ ਮੈਨੂੰ ਸ਼ੋਹਰਤ ਤੇਰੇ ਕਰਕੇ ਮਿਲ ਗਿਆ ਅਤੇ ਮੈਂ ਪੈਸਾ ਬੱਚਿਆਂ ਕਰਕੇ ਮਿਲਿਆ, ਹਮੇਸ਼ਾ ਉਹਨਾਂ ਦੀ ਵਰਡਿੰਗ ਹੁੰਦੀ ਸੀ। ਅੱਛਾ ਜੀ। ਕਹਿੰਦੇ ਪੈਸੇ ਨਾਲ ਵੀ ਜ਼ਿਆਦਾ ਲਗਾਵ ਨਹੀਂ ਸੀ ਰੱਖਦੇ ਵੀ ਜਿਵੇਂ ਕਿਸੇ ਸਾਜੀ ਨੇ ਕਹਿਤਾ ਮੇਰੀ ਭੈਣ ਦਾ ਵਿਆਹ ਵਾ ਜਾਂ ਘਰੇ ਕੋਈ ਬਿਮਾਰ ਆ ਵੀ। ਮੈਂ ਤਾਂ ਇੱਥੋਂ ਤੱਕ ਵੀ ਸੁਣਿਆ ਜਿਹੜੇ ਲੋਕ ਉਸ ਵੇਲੇ ਉਹਨਾਂ ਦੇ ਨਾਲ ਵਿਚਰਦੇ ਰਹੇ ਨੇ ਵੀ ਕਦੇ ਉਹਨਾਂ ਨੇ ਗਿਣੇ ਵੀ ਨਹੀਂ ਸੀ ਵੀ ਮੈਂ ਕਿੰਨੇ ਦੇ ਰਿਹਾ ਵਾਂ, ਵੀ ਜੇ ਕਿਤੇ ਜਿਵੇਂ ਕਿਤੇ ਸ਼ੋਅ 'ਚੋਂ ਆਏ ਆ ਝੋਲੇ 'ਚ ਉਦੋਂ ਹੁੰਦੇ ਸੀਗੇ ਪੈਸੇ ਵੀ ਉਹਨਾਂ ਨੇ ਐਂ ਕੱਢ ਕੇ ਐਂ ਫੜਾ ਦਿੰਦੇ ਹੁੰਦੇ ਸੀਗੇ, ਉਹ ਉਹਨਾਂ ਦਾ ਸੁਭਾਅ ਸੀਗਾ ਹੈ। ਮੈਮ ਥੋੜ੍ਹੇ ਸਾਨੂੰ ਹੋਰ ਤਫਸੀਲ ਦੇ ਨਾਲ ਉਹਨਾਂ ਬਾਰੇ ਦੱਸੋ ਕਿ, ਕਿਉਂਕਿ ਮੈਂ ਜਾਣਨ ਚਾਹੁੰਦੀ ਕਿ ਸਾਰੇ ਕਹਿੰਦੇ ਨੇ ਕਿ ਬੜੇ ਸ਼ਾਂਤ ਸੁਭਾਅ ਦੇ, ਬੜੇ ਸਾਦੇ, ਬੜੇ ਦਰਿਆ ਦਿਲ ਸੀਗੇ ਕਿ ਹਰ ਇੱਕ ਦੀ ਹੈਲਪ ਵੀ ਉਹ ਕਰ ਦਿੰਦੇ ਸੀਗੇ ਅਤੇ। ਪਰ ਉੱਦਾਂ ਉਹਨਾਂ ਨੂੰ ਕੀ ਚੰਗਾ ਲੱਗਦਾ ਸੀ, ਖਾਣਾ ਪੀਣਾ, ਕਿਹੋ ਜਿਹੀ ਤਬੀਅਤ ਦੇ ਮਾਲਕ ਸੀਗੇ ਉਹ, ਜ਼ਿਆਦਾ ਟਾਈਮ ਜਦੋਂ ਫ੍ਰੀ ਹੁੰਦੇ ਸੀਗੇ ਮਤਲਬ ਕੋਈ ਪ੍ਰੋਗਰਾਮ ਨਹੀਂ ਹੈਗਾ, ਸਟੇਜ ਨਹੀਂ ਹੈਗੀ ਤਾਂ ਕਿਵੇਂ ਜ਼ਿਆਦਾ ਟਾਈਮ ਕੀ ਕਰਕੇ ਸਪੈਂਡ ਕਰਦੇ ਸੀਗੇ ਉਹ, ਜਾਂ ਖਾਣ ਪੀਣ 'ਚ ਕੀ ਚੰਗਾ ਲੱਗਦਾ ਸੀ ਉਹਨਾਂ ਨੂੰ? ਖਾਣ 'ਚ ਬਸ ਨੋਰਮਲ, ਜਾਂ ਇਹ ਮੱਕੀ ਦੀ ਰੋਟੀ ਅਤੇ ਸਾਗ ਬਹੁਤ ਜ਼ਿਆਦਾ ਪਸੰਦ ਸੀ, ਜਾਂ ਵਿਹਲੇ ਟਾਈਮ 'ਚ ਮੋਸਟਲੀ ਪਿੰਡ ਉਹਨਾਂ ਨੇ ਕੰਮ ਕਰਨਾ, ਜਾਂ ਖੇਤਾਂ 'ਚ ਕੰਮ ਕਰਨਾ, ਜਾਂ ਕੋਈ ਹੋਰ ਇੱਦਾਂ ਸ਼ੁਰੂ ਕੀਤਾ ਹੋਣਾ ਤਾਂ ਉਹਦੇ ਵਿੱਚ ਬਿਜ਼ੀ ਰੱਖਣਾ, ਜਾਂ ਬੱਚਿਆਂ ਦੇ ਨਾਲ ਕਈ ਵਾਰੀ ਆਊਟਿੰਗ 'ਤੇ ਚੱਲ ਜਾਣਾ। ਹਾਂਜੀ, ਇਹ ਮੈਂ 2 ਸਾਲ ਪਹਿਲਾਂ ਤੁਹਾਡੇ ਸੀ ਪਿੰਡ ਵੀ ਗਏ ਸੀ ਬਿੰਦਰਖ, ਉਹਨਾਂ ਦੇ ਚਾਚਾ ਜੀ ਵੀ ਦੱਸਦੇ ਸੀਗੇ ਕਹਿੰਦੇ ਉਹ ਦੁਨੀਆਂ ਦੇ ਲਈ ਸੀਗਾ ਸੁਰਜੀਤ ਬਿੰਦਰਖੀਆ, ਪਰ ਕਹਿੰਦੇ ਜਦੋਂ ਵੀ ਕਿਤੇ ਉਹ ਪਿੰਡ ਆਉਂਦਾ ਸੀ ਸਭ ਤੋਂ ਪਹਿਲਾਂ ਕੰਮ ਉਹਨੇ ਟਰੈਕਟਰ 'ਤੇ ਚੜ੍ਹ ਕੇ ਆਪਣੇ ਖੇਤਾਂ 'ਚ ਜਾਂਦਾ ਸੀ ਇਹ ਕੰਮ ਕਰਨਾ। ਅਤੇ ਕਹਿੰਦੇ ਉਹਨਾਂ ਨੂੰ ਕਿਤੇ ਇਹ ਵੀ ਨਹੀਂ ਸੀ ਲੱਗਿਆ ਵੀ ਮੈਂ ਐਡੀ ਵੱਡੀ ਸੈਲੀਬ੍ਰਿਟੀਆਂ, ਲੋਕ ਮੈਨੂੰ ਕਿਤੇ ਆਏ ਨਾ ਦੇਖ ਲੈਣ ਜਾਂ ਮੇਰੇ ਇੱਦਾਂ ਦੇ ਕੱਪੜੇ ਨਾ ਪਾਏ ਹੋਣ। ਕਹਿੰਦੇ ਉਹ ਜੇ ਕਿਸੇ ਨੇ ਪ੍ਰੋਗਰਾਮ ਬੁੱਕ ਵੀ ਕਰਨਾ ਹੁੰਦਾ ਸੀਗਾ ਤਾਂ ਬਸ ਅਸੀਂ ਸੁਨੇਹਾ ਭੇਜ ਦਿੰਦੇ ਹੁੰਦੇ ਸੀ ਵੀ ਸਾਡੇ ਪਿੰਡ ਆ ਜਿਓ। ਕਹਿੰਦੇ ਮੈਨੂੰ ਯਾਦ ਆ ਵੀ ਇੱਕ ਵਾਰੀ ਕਿਸੇ ਨੇ ਪ੍ਰੋਗਰਾਮ ਬੁੱਕ ਕਰਨਾ ਸੀਗਾ ਅਤੇ ਐਵੇਂ ਖੇਤਾਂ 'ਚ ਵਾਹੀ ਜਾ ਰਿਹਾ ਸੀਗਾ ਅਤੇ ਉੱਥੇ ਉਹ ਪ੍ਰੋਗਰਾਮ ਬੁੱਕ ਕਰਕੇ ਚਲੇ ਗਏ, ਹੈ ਨਾ। ਨਹੀਂ ਰਹਿੰਦਾ ਸੀਗਾ ਉਹਨਾਂ ਨੂੰ ਕਿ ਵੀ ਮੈਂ, ਲੋਕੀ ਉਹਨਾਂ ਨੂੰ ਵੱਡਾ ਮੰਨਦੇ ਸੀਗੇ ਪਰ ਆਪਦੇ ਆਪਣੇ ਨਹੀਂ ਸੀ ਲੱਗਦਾ, ਕਦੇ ਉਹਨਾਂ ਨੂੰ ਕੱਪੜਿਆਂ ਦਾ ਨਹੀਂ ਸੀ ਲੱਗਿਆ ਵੀ ਮੈਂ ਕੀ ਪਾਇਆ ਅਤੇ ਮੈਨੂੰ ਮੈਂ ਕਿਸੇ ਨੂੰ ਮਿਲ ਰਿਹਾ ਅਤੇ ਕੀ ਲੱਗ ਰਿਹਾ, ਬਿਲਕੁਲ ਨਹੀਂ ਸੀਗਾ ਹੈ, ਬਹੁਤ ਸਿੰਪਲ ਸੀ। ਇੱਕ ਹੋਰ ਚੀਜ਼ ਆ ਆਪਾਂ ਇਸ ਵੇਲੇ ਵੀ ਦੇਖ ਰਹੇ ਹਾਂ ਉਹਨਾਂ ਦੀ, ਜਿਹੜਾ ਪੱਗ 'ਤੇ ਫੈਂਸੀ ਪਿੰਨ ਲਾਉਣਾ ਉਹਨਾਂ ਨੇ ਸ਼ੁਰੂ ਕੀਤਾ ਸੀ, ਫਿਰ ਉਸ ਤੋਂ ਬਾਅਦ ਉਹ ਬਿੰਦਰਖੀਆ ਸਟਾਈਲ ਹੀ ਬਣ ਗਿਆ ਨਾ, ਇਹ ਸੋਚ ਕੇ ਸ਼ੁਰੂ ਕੀਤਾ ਗਿਆ ਸੀਗਾ ਜਾਂ ਉਦੋਂ ਹੋ ਗਿਆ ਸਹਿ ਸੁਭਾਅ ਅਤੇ ਫਿਰ ਉਹ ਕੰਟੀਨਿਊ? ਨਹੀਂ, ਵੈਸੇ ਲਗਾਇਆ ਸੀਗਾ ਅਤੇ ਜਿੱਦਾਂ ਫਿਰ ਹਰ ਇੱਕ ਸ਼ੋਅ 'ਤੇ ਲਗਾਉਣਾ ਸ਼ੁਰੂ ਕੀਤਾ, ਫਿਰ ਅੱਗੇ ਚੱਲ ਹੀ ਪਿਆ। ਅੱਛਾ ਹਾਂਜੀ ਠੀਕ। ਮੈਮ ਅੱਜ ਕੱਲ੍ਹ ਦੇ ਟਾਈਮ 'ਚ ਤਾਂ ਹੈਗਾ ਕਿ ਲੋਕਾਂ, ਜੇ ਆਰਟਿਸਟ ਨਹੀਂ ਵੀ ਮਕਬੂਲ ਹੈਗਾ ਤਾਂ ਸੋਸ਼ਲ ਮੀਡੀਆ 'ਤੇ ਉਹਨੂੰ ਦਿਖਾਇਆ ਜਾਂਦਾ ਕਿ ਇਹ ਬਹੁਤ ਫੇਮਸ ਆ, ਹੈ ਨਾ। ਪਰ ਸੁਰਜੀਤ ਬਿੰਦਰਖੀਆ ਸਾਹਿਬ ਹੋਰਾਂ ਬਾਰੇ ਇਹ ਸੁਣਿਆ ਕਿ ਦਿਨ 'ਚ 4-4 ਅਖਾੜੇ ਵੀ ਉਹ ਲਾਉਂਦੇ ਰਹੇ ਨੇ, ਵੀ ਇੰਨੀ ਮਕਬੂਲੀਅਤ ਉਹਨਾਂ ਦੀ ਸੀਗੀ। ਤੁਸੀਂ ਤਾਂ ਗਵਾ ਰਹੇ ਹੋ, ਤੁਸੀਂ ਦੱਸੋ ਕਿ ਉਸ ਸਮੇਂ ਉਹ ਕਿਵੇਂ ਕੰਮ ਕਰਦੇ ਰਹੇ ਨੇ, ਕਿ ਕਿੰਨੇ ਅਖਾੜੇ ਉਹਨਾਂ ਦੇ ਲੱਗਦੇ ਰਹੇ ਨੇ ਜਾਂ ਕਿਵੇਂ ਕੰਮ ਕਰਦੇ ਸੀਗੇ? ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਰਹਿੰਦਾ ਸੀਗਾ, ਦਿਨ 'ਚ 3 ਜਾਂ 4 ਵੀ ਕਈ ਵਾਰ ਤਾਂ 4-4 ਸ਼ੋਅਜ਼ ਵੀ ਲੱਗੇ ਹੈ ਉਸ ਟਾਈਮ 'ਚ, ਪਰ ਫੈਮਲੀ ਲਈ ਟਾਈਮ ਪੂਰਾ ਸੀਗਾ ਵੀ ਜਦੋਂ ਜੇ ਜਾਣਾ ਆਉਣਾ ਤਾਂ ਉਹਨਾਂ ਦਾ ਰਹਿੰਦਾ ਸੀਗਾ ਵੀ ਮੈਂ ਜਿੰਨਾ ਟਾਈਮ ਮੈਨੂੰ ਵੱਧ ਤੋਂ ਵੱਧ ਹੋਵੇ, ਅਤੇ ਕਿਉਂਕਿ ਬਹੁਤ ਜ਼ਿਆਦਾ ਸ਼ੋਅਜ਼ ਮੈਂ ਅਟੈਂਡ ਵੀ ਕੀਤੇ ਨਾਲ। ਅੱਛਾ ਜੀ।
ਮੈਂ ਇਹ ਪੁੱਛਣ ਲੱਗੀ ਸੀ ਵੀ ਤੁਸੀਂ ਉਹਨਾਂ ਦੇ ਲਾਈਵ ਸ਼ੋਜ਼ ਦੇਖੇ ਨੇਗੇ? ਬਹੁਤ ਜ਼ਿਆਦਾ ਅਟੈਂਡ ਕੀਤੇ ਆ, ਉਸ ਲਈ ਜਿਹੜੇ ਅਬਰੋਡ 'ਚ ਹੁੰਦੇ ਸੀ ਉਹ ਤਾਂ ਤਕਰੀਬਨ ਨਾਲ ਹੀ ਗਏ ਆ। ਅੱਛਾ ਜੀ, ਠੀਕ। ਅਤੇ ਜਦੋਂ ਔਨ ਸਟੇਜ ਇੱਕ ਲਾਈਵ ਰਿਐਕਸ਼ਨ ਲੋਕਾਂ ਦਾ ਮਿਲਦਾ ਸੀਗਾ, ਤਾੜੀਆਂ ਮਿਲਦੀਆਂ ਸੀਗੀਆਂ, ਉਦੋਂ ਤੁਸੀਂ ਵੀ ਸਰੋਤਿਆਂ ਦੇ ਵਿੱਚ ਹੀ ਖੜ੍ਹ ਕੇ ਉਹਨਾਂ ਨੂੰ ਸੁਣ ਰਹੇ ਸੀ, ਉਹਨਾਂ ਦੇ ਦਰਸ਼ਕ ਬਣ ਕੇ ਨਾ। ਸੋ ਹਮਸਫ਼ਰ ਹੋਣ ਦੇ ਨਾਤੇ ਤੁਸੀਂ ਕੀ ਮਹਿਸੂਸ ਕਰਦੇ ਸੀਗੇ ਉਹਨਾਂ ਦੇ ਲਈ? ਬਹੁਤ ਪ੍ਰਾਊਡ ਫੀਲ ਹੁੰਦਾ ਸੀਗਾ, ਪਰ ਉਦੋਂ ਔਡੀਅੰਸ ਜਿਹੜੀ ਉਦੋਂ ਜਿੰਨੀ ਮੈਂ ਸ਼ਾਇਦ ਹੁਣ ਉਹਨੇ ਮੈਨੂੰ ਲੱਗਦਾ ਮੇਲੇ ਵਗੈਰਾ ਇੰਨਾ ਮੈਂ ਦੇਖਿਆ ਨਹੀਂ ਹੈਗਾ ਜਿੰਨਾ ਕਿ ਉਸ ਟਾਈਮ ਰਸ਼ ਆ ਹੁੰਦਾ ਸੀਗਾ, ਵੀ ਕਰੇਜ਼ ਹੁੰਦਾ ਸੀਗਾ ਵੀ ਇੱਦਾਂ ਮਿਲਣਾ। ਕਈਆਂ ਨੂੰ ਮੈਂ ਦੇਖਿਆ ਵੀ ਹਾਂਜੀ ਹੱਥ 'ਤੇ ਸਾਈਨ ਕਰ ਦਿਉ ਜਾਂ ਕੁਛ ਕਰ ਦਿਉ, ਇਹੋ ਜਿਹਾ ਕੁਛ ਦੇਖਿਆ ਸੀ ਤਾਂ ਬਹੁਤ ਵਧੀਆ ਲੱਗਦਾ ਸੀ ਉਦੋਂ।